ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਜਨਤਾ ਕਰਫਿਊ ਕੀਤਾ ਹੋਇਆ ਔਰ ਭਾਰਤ ਦੇ ਵਿੱਚ ਵੀ ਸਾਡੇ ਪ੍ਰਧਾਨ ਮੰਤਰੀ ਵੱਲੋਂ ਜਨਤਾ ਕਰਫਿਊ ਜਿਹੜਾ ਉਹ ਪੱਕੇ ਤੌਰ ਤੇ ਲਗਾਇਆ ਗਿਆ ਜਿਸ ਦੇ ਚਲਦੇ ਪੰਜਾਬ ਦੇ ਵਿੱਚ ਵੀ ਕਰਫਿਊ ਜਿਹੜਾ ਲਗਾਤਾਰ ਜਾਰੀ ਹੈ ਔਰ ਐਗਰੀਕਲਚਰ ਯਾਨੀ ਕਿ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਹੈਗੀਆਂ ਜਿਵੇਂ ਬਾਗਬਾਨੀ ਵਿਭਾਗ ਹੈ ਅਤੇ ਹੋਰ ਫਸਲਾਂ ਹੈਗੀਆਂ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ। ਅੱਜ ਅਸੀਂ ਇੱਥੇ ਪਿੰਡ ਬੁਰਸਮਾ ਦੇ ਬਲਜੀਤ ਸਿੰਘ ਜੀ ਨਾਲ ਗੱਲ ਕੀਤੀ ਜਿਨ੍ਹਾਂ 2 ਏਕੜ ਦੇ ਵਿੱਚ ਸ਼ਿਮਲਾ ਮਿਰਚਾਂ ਲਾਈਆਂ ਹੋਈਆਂ ਨੇ ਔਰ ਉਹਨਾਂ ਦੱਸਿਆ ਕਿ ਉਹਨਾਂ ਨੂੰ ਪੂਰਨ ਤੌਰ 'ਤੇ ਜਿਹੜਾ ਘਾਟਾ ਪੈ ਰਿਹਾ ਔਰ ਸਪਲਾਈ ਦਾ ਕੋਈ ਵੀ ਸਾਧਨ ਨਹੀਂ, ਕੈਂਟਰ ਵਗੈਰਾ ਆ ਜਾ ਨਹੀਂ ਰਹੇ, ਪੂਰੀ ਤਰ੍ਹਾਂ ਲੋਕਡਾਊਨ ਦੇ ਹੁੰਦਿਆਂ ਹੋਇਆਂ ਪਿੰਡਾਂ ਦੇ ਵਿੱਚ ਵੀ ਜਿਹੜਾ ਸ਼ਿਮਲਾ ਮਿਰਚਾਂ ਨੂੰ ਵੇਚਣ ਜਾ ਨਹੀਂ ਸਕਦੀ। ਉਹਨਾਂ ਦੱਸਿਆ ਕਿ ਪਿਛਲੀ ਵਾਰ 2.5 ਤੋਂ 3 ਲੱਖ ਰੁਪਏ ਦੀ ਜਿਹੜੀ ਉਹਨਾਂ ਕਮਾਈ ਕੀਤੀ ਸੀ ਔਰ ਇਸ ਵਾਰ ਉਹਨਾਂ ਨੂੰ ਬਹੁਤ ਵੱਡਾ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਥੋੜ੍ਹੀ ਬਹੁਤ ਬੱਚਤ ਵੀ ਹੋ ਰਹੀ ਹੈਗੀ ਉਹ ਲੇਬਰ ਵਗੈਰਾ 'ਤੇ ਔਰ ਰੇਹਾਂ ਸਪਰੇਹਾਂ 'ਤੇ ਖਰਚਾ ਉਹਨਾਂ ਦਾ ਆ ਰਿਹਾ ਹੈਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੈਂਟਰ ਵਗੈਰਾ ਜਾਂ ਸਪਲਾਈ ਦੀ ਸੁਵਿਧਾ ਦਿੱਤੀ ਜਾਵੇ ਔਰ ਚਾਹੇ 2 ਤੋਂ 3 ਘੰਟਿਆਂ ਦੀ ਉਹਨਾਂ ਮੰਗ ਕੀਤੀ ਹੈ ਕਿ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਉਹਨਾਂ ਦੀ ਸਪਲਾਈ ਹੈ ਜਿਹੜੀ ਨਿਰੰਤਰ ਜਾਰੀ ਰਹੇ ਅਤੇ ਉਹਨਾਂ ਨੂੰ ਘਾਟੇ ਦਾ ਜਿਹੜਾ ਸਾਹਮਣਾ ਨਾ ਕਰਨਾ ਪੈ ਸਕੇ। ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕਿ ਪੰਜਾਬ ਸਰਕਾਰ ਇਸ ਪ੍ਰਤੀ ਜਾਂ ਕਹਿ ਸਕਦੇ ਕਿ ਕਿਸਾਨਾਂ ਪ੍ਰਤੀ ਕੀ ਰੁੱਖ ਅਪਣਾਉਂਦੀ ਆ ਔਰ ਉਹਨਾਂ ਨੂੰ ਕਦੋਂ ਤੱਕ ਜਿਹੜੀ ਰਾਹਤ ਮਿਲ ਜਾਏਗੀ। ਚੜ੍ਹਦੀ ਕਲਾ ਨਿਊਜ਼ 24 ਲਈ ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ। ਸਮੱਸਿਆ ਤਾਂ ਮਾਰਕੀਟ ਦੀ ਬਾਹਲੀ ਸਮੱਸਿਆ ਹੈ ਕਿਉਂਕਿ ਰੇਟ ਨਹੀਂ ਮਿਲਦਾ ਸਾਨੂੰ, ਰੇਟ ਮਿਲਦਾ 5-6 ਰੁਪਏ ਅਤੇ ਗਾਂਹ ਅਸਲ ਦੇ 25-30 ਵੇਚਦਾ, ਖਰਚਾ ਸਾਡਾ 50-60 ਪਰ ਏਕੜ ਹੋ ਗਿਆ। ਅਸੀਂ 2 ਏਕੜ ਸ਼ਿਮਲਾ ਮਿਰਚ ਲਾਈ। 2 ਏਕੜ ਦੇ ਵਿੱਚ ਪਹਿਲਾਂ ਜਦੋਂ ਜਨਤਾ ਕਰਫਿਊ ਤੋਂ ਪਹਿਲਾਂ ਪਿਛਲੇ ਸੀਜ਼ਨ ਦੇ ਵਿੱਚ ਕਿੰਨੀ ਵਰਤ ਕੀਤੀ ਸੀ ਅਤੇ ਹੁਣ ਕਿੰਨਾ ਨੁਕਸਾਨ ਹੋ ਰਿਹਾ ਹੈ? ਪਿਛਲੇ ਸੀਜ਼ਨ ਤਾਂ ਇਦੋਂ ਤਿਗੜੀ ਚੌਗਣੀ ਆਮਦਨ ਸੀ, ਤਾਂ ਖਰਚਾ ਵੀ ਨਹੀਂ ਮੁੜ ਰਿਹਾ। ਤੁਹਾਡੇ ਧਿਆਨ 'ਚ ਹੈ ਕੁਛ ਕਿੰਨੀ ਕਹਿ ਸਕਦੇ ਹੋ ਜਜਮੈਂਟ? 1.5-2 ਲੱਖ ਤੱਕ ਮਤਲਬ ਜਾਂਦੀ ਸੀ ਏਕੜ। ਹੁਣ ਕੀ ਕਹਿ ਸਕਦੇ? ਹੁਣ ਤਾਂ ਸਾਨੂੰ ਐਵੇਂ ਸਾਡਾ ਖਰਚਾ ਹੀ ਮੁੜਿਆ ਹੋਵੇ, 50-60 ਏਕੜ ਮਗਰ ਜੋ ਲੱਗਿਆ ਨਾ ਉਹੀ ਮੁੜ ਜਾ, ਤਾਂ ਉਹੀ ਆ ਬਹੁਤ ਆਦੇ। ਪਰ ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਇਹ ਕਰਦੇ ਹਾਂ ਕਿ ਸਰਕਾਰ ਸਾਨੂੰ ਬਾਹਰ ਵੇਚਣ ਦੀ ਇਜਾਜ਼ਤ ਦੇਵੇ ਜਾਂ ਸਾਡਾ ਇੱਥੇ 20-25 ਰੁਪਏ ਰੇਟ ਦੇਵੇ। ਜਿਹੜੀ ਸਪਲਾਈ ਸੀ ਉਹ ਕਿਹੜੇ ਤਰੀਕੇ ਨਾਲ ਹੋ ਰਹੀ ਸੀ? ਕੋਈ ਕੈਂਟਰਾਂ ਵਗੈਰਾ ਨਾਲ ਹੋ ਰਹੀ ਸੀ? ਪਹਿਲਾਂ ਕੈਂਟਰਾਂ ਨਾਲ ਜਿੱਥੇ ਮਰਜ਼ੀ ਲਿਜਾ ਸਕਦੇ, ਆਲ ਇੰਡੀਆ 'ਚ ਜਿੱਥੇ ਮਰਜ਼ੀ ਜਾਂਦਾ ਸਾਨੂੰ ਕੋਈ ਨਹੀਂ, ਦਿੱਲੀ ਲੈ ਜਾਂਦੇ ਚਾਹੇ ਕਿਤੇ ਵੱਡੇ ਸ਼ਹਿਰਾਂ ਜਾਂ ਉੱਥੇ ਸਾਨੂੰ ਮਾਰਕੀਟਾਂ ਚੰਗਾ ਮੁੱਲ ਮਿਲਦਾ ਸੀ। ਹੁਣ ਸਾਨੂੰ ਜ਼ਿਲ੍ਹਾ ਲੈਵਲ 'ਤੇ ਜਾਣਾ ਪੈਂਦਾ, ਉਹ ਵੀ ਹੁਣ ਫਸਲ ਜ਼ਿਆਦਾ ਹੋ ਜਾਂਦੀ ਹੈ, ਖਰੀਦਦਾਰ ਘੱਟ ਹੈ, ਕਿਉਂ ਲੋਕਡਾਊਨ ਦਾ ਕਰਕੇ ਗਾਹਕ ਕੋਈ ਆ ਨਹੀਂ ਰਿਹਾ। ਲੋਕਡਾਊਨ ਦੇ ਵਿੱਚ ਤੁਸੀਂ ਫਿਰ ਵੇਚਣ ਪਿੰਡਾਂ ਦੇ ਵਿੱਚ ਜਾ ਰਹੇ ਹੋ? ਅਸੀਂ ਪਿੰਡਾਂ 'ਚ ਵੀ ਵੇਚ ਕੇ ਦੇਖਿਆ, ਪਿੰਡਾਂ ਦੇ ਵੇਚਣ ਸਾਨੂੰ ਸਮੱਸਿਆ ਆਉਂਦੀ ਹੈ ਵੀ ਕਿਤੇ ਇਹਦੀ ਖਤਰ ਕੋਈ ਆਪਾਂ ਹੋਰ ਬਿਮਾਰੀ ਨਾ ਖਰੀਦ ਲਈਏ, ਤਾਂ ਘੱਟ ਵੱਟੀ ਚੰਗੇ। ਇਹ ਵੀ ਠੀਕ ਹੈ ਜੀ, ਅਤੇ ਬਾਕੀ ਲੋਕਾਂ ਦੀ ਖਰੀਦਦਾਰੀ ਵੀ ਘੱਟ ਹੋ ਜੀ? ਖਰੀਦਦਾਰੀ ਬਹੁਤ ਘੱਟ ਹੈ, ਉਹ ਵੀ ਸਿਰਫ ਸਾਡਾ ਕਰਕੇ ਵੀ ਇਹਨਾਂ ਨੇ ਆਪਦੀ ਬੀਜੀ, ਉਹਦਾ ਕਰਕੇ ਕੁਛ ਗਾਹਕ ਲੈਂਦੇ ਸੀ, ਉਹ ਕਹਿੰਦੇ ਅਸੀਂ ਰੇਹੜੀਆਂ ਤੋਂ ਨਹੀਂ ਲੈਣਾ ਵੀ ਅਸੀਂ ਆਹ ਬਿਮਾਰੀ ਦਾ ਕਾਰਨ ਵੀ ਬਿਮਾਰੀ ਨਾ ਖਰੀਦੀ ਜਾਵੇ, ਉਹ ਸਾਨੂੰ ਦਿੱਕਤ ਆਉਂਦੀ, ਫਿਰ ਸਾਡਾ ਉੱਡਾ ਕੰਮ ਖਰਾਬ ਹੋ ਜਾਂਦਾ, ਸਾਰਾ ਦਾ ਲੇਬਰ ਦਾ ਸਮੱਸਿਆ ਆ ਜਾਂਦੀ, ਫਿਰ ਸਾਨੂੰ ਡੱਕੇ ਨਹੀਂ ਵੱਜਦਾ ਸੀ, ਤੇਲ ਮਚਾਉਂਦਾ ਉਧਰੋਂ ਟਰੈਕਟਰ ਦਾ। ਹੁਣ ਯਾਨੀ ਪੂਰਾ ਪੱਲਾ ਵੀ ਕਿਹਾ ਜਾ ਸਕਦਾ? ਪੂਰਾ ਪੱਲਾ ਹੋ ਜੇ ਅਸੀਂ ਤਾਂ ਹੀ ਬਹੁਤ ਕਰਦੇ ਹਾਂ, ਪਰ ਅਸੀਂ ਸਰਕਾਰ ਨੂੰ ਹਜੇ ਵੀ ਕਹਿੰਦੇ ਸਾਡੇ ਕੋਲ ਹਜੇ ਟਾਈਮ ਹੈ, ਸਾਨੂੰ ਸੈਕੜ ਰੇਟ ਹੀ ਫਿਕਸ ਕਰਦਾ, 20-25 ਰੁਪਏ ਦਾ ਰੇਟ ਦੇ ਦੇਣ, ਭਾਵੇਂ ਸਾਡਾ ਲੋਕਲ ਬਠਿੰਡਾ ਹੈ, ਤਲਵੰਡੀ ਹੈ, ਮੌੜ ਹੈ, ਜਿੱਥੇ ਮਰਜ਼ੀ ਅਸੀਂ ਵੇਚੀਏ ਸਾਨੂੰ ਰੇਟ ਦੇ, ਜਾਂ ਸਾਨੂੰ ਖੁੱਲ੍ਹ ਦਿੱਤੀ ਜਾਵੇ ਬਾਹਰ ਦਿੱਲੀ ਜਾਂ ਵੱਡੇ ਸ਼ਹਿਰਾਂ 'ਚ ਵੇਚਿਆ ਜਾਵੇ। ਹੁਣ ਕੀ ਰੇਟ ਚੱਲ ਰਿਹਾ ਜੀ? ਹੁਣ ਸਾਡਾ ਤਾਂ 5-6 ਰੁਪਏ ਲੱਗਦਾ। ਤੁਸੀਂ 20-25 ਰੁਪਏ ਦੀ ਪੰਜਾਬ ਸਰਕਾਰ ਤੋਂ ਮੰਗ ਰਹੇ ਹੋ? 20-25 ਰੁਪਏ ਫਿਰ ਸਾਡਾ ਪੂਰਾ ਜਗਾੜ ਬਣਾਉਂਦਾ। ਕੋਈ ਇਸ ਤਰ੍ਹਾਂ ਦੀ ਮੰਗ ਕਿਉਂਕਿ ਸਪਲਾਈ ਦੀ ਜਿੱਦਾਂ ਕਿਹਾ ਵੀ ਕੈਂਟਰ ਵਗੈਰਾ ਹੁਣ ਕੋਈ ਪਰਹੇਜ਼ ਦੇ ਨਾਲ ਹੀ ਆ ਜਾਣ ਸੈਕਟਰ ਤੋਂ? ਹਾਂ ਹਾਂ, ਸਾਨੂੰ ਕਹਿਣ ਵੀ ਅਸੀਂ 1 ਬੰਦਾ ਭੇਜਾਂਗੇ ਅਤੇ ਡਰਾਈਵਰ ਹੋਊਗਾ, ਹੋਰ ਜੀ 3ਰਾ ਬੰਦਾ ਨਹੀਂ ਹੋਊ, ਅਸੀਂ ਮਾਰਕੀਟ 'ਚ ਲਾ ਕੇ ਵਾਪਸ ਉਹਦੀ ਆ ਜਾਂ ਵੀ ਸਾਡਾ ਖੁੱਲ੍ਹੇ ਵਿਕ ਜੇ, ਆਮ ਮਤਲਬ ਦਿੱਕਤ ਨਾ ਆਵੇ, ਉਹ ਨਾ ਕਈ ਦਿਨ ਨਾ ਪਈ ਰਹੇ। ਹੁਣ ਸਾਡੇ ਬਠਿੰਡੇ ਲੈ ਜਾਂਦਾ ਕਈ ਕਈ ਦਿਨ ਪਈ ਰਹਿੰਦੀ ਹੈ, ਉਹ ਖਰਾਬ ਹੋ ਜਾਂਦੀ ਹੈ।